ਆਪਣੇ ਗੁਰੂ ਦੇ ਪਰਮਾਤਮਾ ਸਾਵਣ ਕਿਰਪਾਲ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਦਇਆ ਮਿਹਰ ਕਰਕੇ ਸਾਨੂੰ ਆਪਦੀ ਯਾਦ ਵਿੱਚ ਬੈਠਣ ਦਾ ਮੌਕਾ ਦਿੱਤਾ ਔਰ ਜਸ਼ ਕਰਨ ਦਾ ਮੌਕਾ ਦਿੱਤਾ ਹੈ। ਇਹ ਉਹਨਾਂ ਦੀ ਹੀ ਦਇਆ ਹੈ। ਸੋ ਮੈਂ ਅਭਿਆਸ ਤੇ ਬੈਠਣ ਤੋਂ ਪਹਿਲਾਂ ਸਦਾ ਹੀ ਦੱਸਦਾ ਹੁੰਦਾ, ਚਾਹੇ ਇਸ ਜਗ੍ਹਾ ਬੈਠੋ, ਘਰਾਂ ਅੰਦਰ ਬੈਠੋ, ਹੋਰ ਕਿਸੇ ਜਗ੍ਹਾ ਵੀ ਬੈਠੋ, ਸਭ ਤੋਂ ਪਹਿਲਾਂ ਪੰਜ ਪਵਿੱਤਰ ਨਾਵਾਂ ਨੂੰ ਯਾਦ ਕਰ ਲਓ ਤਾਂ ਕਿ ਤੁਹਾਨੂੰ ਬੈਠਿਆਂ ਕੋਈ ਕਠਿਨਾਈ ਨਾ ਹੋਵੇ, ਇਹਨਾਂ ਸ਼ਬਦਾਂ ਨੂੰ ਉਚਾਰਨ ਵੇਲੇ। ਬੈਠਣ ਤੋਂ ਪਹਿਲਾਂ ਆਪਦਾ ਜ਼ਰੂਰੀ ਕਾਰੋਬਾਰ ਜੋ ਹੈ ਉਹ ਪਹਿਲਾਂ ਹੀ ਮੁਕਾ ਲਓ ਤਾਂ ਕਿ ਘੰਟੇ ਵਿੱਚ ਤੁਹਾਡਾ ਮਨ ਤੁਹਾਨੂੰ ਫੇਰ ਨਾ ਉਠਾਏ। ਦੁਨੀਆਂ ਦੇ ਸੰਕਲਪਾਂ ਦੇ ਵਿੱਚੋਂ, ਕਲਪਨਾ ਵਿੱਚੋਂ ਮਨ ਨੂੰ ਸ਼ਾਂਤ ਕਰੋ ਬੈਠਣ ਤੋਂ ਪਹਿਲਾਂ, ਕਿਉਂਕਿ ਸ਼ਾਂਤ ਮਨ ਹੀ ਅਭਿਆਸ ਕਰ ਸਕਦਾ ਹੈ। ਅਭਿਆਸ ਨੂੰ ਕਦੇ ਬੋਝਾ ਨਾ ਸਮਝੋ, ਪ੍ਰੇਮ ਪਿਆਰ ਨਾ ਕਰੋ। ਸੋ ਅੱਖਾਂ ਬੰਦ ਕਰਕੇ ਆਪਣਾ ਅਭਿਆਸ ਸ਼ੁਰੂ ਕਰੋ।